ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਅਤੇ 118 ਸਕੂਲ ਆਫ ਐਮੀਨੈਂਸ ਦੇ ਵਿੱਚ 9ਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਪ੍ਰੀਖਿਆ ਦੇ ਲਈ 89,197 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਇਹਨਾਂ ਦੇ ਵਿੱਚੋਂ ਮਹਿਜ 46.48 ਫੀਸਦੀ ਵਿਦਿਆਰਥੀ ਹੀ ਪਾਸ ਹੋ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਲਈ ਗਈ ਇਸ ਪ੍ਰੀਖਿਆ ਸੈਂਟਰਾਂ ਦੇ ਵਿੱਚ ਤਕਰੀਬਨ 1.40 ਫੀਸਦੀ ਯਾਨੀ ਕਿ 19,129 ਵਿਦਿਆਰਥੀ ਪਹੁੰਚੇ ਹੀ ਨਹੀਂ। ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਸਕੂਲਾਂ ਦੇ ਵਿੱਚ 4,600 ਅਤੇ 118 ਸਕੂਲ ਆਫ ਐਮੀਨੈਂਸ ਦੇ ਵਿੱਚ ਕੁੱਲ 4,248 ਸੀਟਾਂ ਹਨ। ਇਹਨਾਂ ਦੇ ਵਿੱਚ ਦਾਖਲੇ ਨੂੰ ਲੈ ਕੇ 19 ਮਾਰਚ ਤੱਕ ਔਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ, 30 ਮਾਰਚ ਨੂੰ ਪ੍ਰੀਖਿਆ ਹੋਈ ਸੀ ਅਤੇ ਹੁਣ ਨਤੀਜੇ ਆਏ ਹਨ। ਵਿਦਿਆਰਥੀਆਂ ਦੀ ਗੈਰ ਹਾਜ਼ਰੀ ਬਾਰੇ ਪੁੱਛੇ ਜਾਣ ਉੱਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸਤਿੰਦਰ ਕੌਰ ਬੇਦੀ ਨੇ ਕਿਹਾ ਕਿ ਕਈ ਵਿਦਿਆਰਥੀਆਂ ਦਾ ਫਾਰਮ ਭਰਨ ਤੋਂ ਬਾਅਦ ਮਨ ਬਦਲ ਜਾਂਦਾ ਹੈ, ਜਦਕਿ ਕਈ ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਹੀ ਡਰ ਜਾਂਦੇ ਹਨ। ਕਈ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜੋ ਸਮਾਂ ਇਕੱਠੇ ਹੀ ਕਈ ਕਾਰਨ ਪ੍ਰੀਖਿਆਵਾਂ ਭਰ ਲੈਂਦੇ ਹਨ ਅਤੇ ਸਮਾਂ ਇੱਕੋ ਹੋਣ ਕਾਰਨ ਪ੍ਰੀਖਿਆ ਦੇਣ ਨਹੀਂ ਆ ਪਾਉਂਦੇ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ। ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਅਤੇ 118 ਸਕੂਲ ਆਫ ਐਮੀਨੈਂਸ ਦੇ ਵਿੱਚ 9ਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਪ੍ਰੀਖਿਆ ਦੇ ਲਈ 89,197 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਇਹਨਾਂ ਦੇ ਵਿੱਚੋਂ ਮਹਿਜ 46.48 ਫੀਸਦੀ ਵਿਦਿਆਰਥੀ ਹੀ ਪਾਸ ਹੋ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਲਈ ਗਈ ਇਸ ਪ੍ਰੀਖਿਆ ਸੈਂਟਰਾਂ ਦੇ ਵਿੱਚ ਤਕਰੀਬਨ 1.40 ਫੀਸਦੀ ਯਾਨੀ ਕਿ 19,129 ਵਿਦਿਆਰਥੀ ਪਹੁੰਚੇ ਹੀ ਨਹੀਂ। ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਸਕੂਲਾਂ ਦੇ ਵਿੱਚ 4,600 ਅਤੇ 118 ਸਕੂਲ ਆਫ ਐਮੀਨੈਂਸ ਦੇ ਵਿੱਚ ਕੁੱਲ 4,248 ਸੀਟਾਂ ਹਨ। ਇਹਨਾਂ ਦੇ ਵਿੱਚ ਦਾਖਲੇ ਨੂੰ ਲੈ ਕੇ 19 ਮਾਰਚ ਤੱਕ ਔਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ, 30 ਮਾਰਚ ਨੂੰ ਪ੍ਰੀਖਿਆ ਹੋਈ ਸੀ ਅਤੇ ਹੁਣ ਨਤੀਜੇ ਆਏ ਹਨ। ਵਿਦਿਆਰਥੀਆਂ ਦੀ ਗੈਰ ਹਾਜ਼ਰੀ ਬਾਰੇ ਪੁੱਛੇ ਜਾਣ ਉੱਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸਤਿੰਦਰ ਕੌਰ ਬੇਦੀ ਨੇ ਕਿਹਾ ਕਿ ਕਈ ਵਿਦਿਆਰਥੀਆਂ ਦਾ ਫਾਰਮ ਭਰਨ ਤੋਂ ਬਾਅਦ ਮਨ ਬਦਲ ਜਾਂਦਾ ਹੈ, ਜਦਕਿ ਕਈ ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਹੀ ਡਰ ਜਾਂਦੇ ਹਨ। ਕਈ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜੋ ਸਮਾਂ ਇਕੱਠੇ ਹੀ ਕਈ ਕਾਰਨ ਪ੍ਰੀਖਿਆਵਾਂ ਭਰ ਲੈਂਦੇ ਹਨ ਅਤੇ ਸਮਾਂ ਇੱਕੋ ਹੋਣ ਕਾਰਨ ਪ੍ਰੀਖਿਆ ਦੇਣ ਨਹੀਂ ਆ ਪਾਉਂਦੇ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ। ਧੰਨਵਾਦ। ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਅਤੇ 118 ਸਕੂਲ ਆਫ ਐਮੀਨੈਂਸ ਦੇ ਵਿੱਚ 9ਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਪ੍ਰੀਖਿਆ ਦੇ ਲਈ 89,197 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਇਹਨਾਂ ਦੇ ਵਿੱਚੋਂ ਮਹਿਜ 46.48 ਫੀਸਦੀ ਵਿਦਿਆਰਥੀ ਹੀ ਪਾਸ ਹੋ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਲਈ ਗਈ ਇਸ ਪ੍ਰੀਖਿਆ ਸੈਂਟਰਾਂ ਦੇ ਵਿੱਚ ਤਕਰੀਬਨ 1.40 ਫੀਸਦੀ ਯਾਨੀ ਕਿ 19,129 ਵਿਦਿਆਰਥੀ ਪਹੁੰਚੇ ਹੀ ਨਹੀਂ। ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਸਕੂਲਾਂ ਦੇ ਵਿੱਚ 4,600 ਅਤੇ 118 ਸਕੂਲ ਆਫ ਐਮੀਨੈਂਸ ਦੇ ਵਿੱਚ ਕੁੱਲ 4,248 ਸੀਟਾਂ ਹਨ। ਇਹਨਾਂ ਦੇ ਵਿੱਚ ਦਾਖਲੇ ਨੂੰ ਲੈ ਕੇ 19 ਮਾਰਚ ਤੱਕ ਔਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ, 30 ਮਾਰਚ ਨੂੰ ਪ੍ਰੀਖਿਆ ਹੋਈ ਸੀ ਅਤੇ ਹੁਣ ਨਤੀਜੇ ਆਏ ਹਨ। ਵਿਦਿਆਰਥੀਆਂ ਦੀ ਗੈਰ ਹਾਜ਼ਰੀ ਬਾਰੇ ਪੁੱਛੇ ਜਾਣ ਉੱਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸਤਿੰਦਰ ਕੌਰ ਬੇਦੀ ਨੇ ਕਿਹਾ ਕਿ ਕਈ ਵਿਦਿਆਰਥੀਆਂ ਦਾ ਫਾਰਮ ਭਰਨ ਤੋਂ ਬਾਅਦ ਮਨ ਬਦਲ ਜਾਂਦਾ ਹੈ, ਜਦਕਿ ਕਈ ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਹੀ ਡਰ ਜਾਂਦੇ ਹਨ। ਕਈ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜੋ ਸਮਾਂ ਇਕੱਠੇ ਹੀ ਕਈ ਕਾਰਨ ਪ੍ਰੀਖਿਆਵਾਂ ਭਰ ਲੈਂਦੇ ਹਨ ਅਤੇ ਸਮਾਂ ਇੱਕੋ ਹੋਣ ਕਾਰਨ ਪ੍ਰੀਖਿਆ ਦੇਣ ਨਹੀਂ ਆ ਪਾਉਂਦੇ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ। ਧੰਨਵਾਦ।